मैं गल दसना चाहना, एक मेरा दोस्त है, चंगे ऑफिसर है ना, पंजाब च उहदे लिंक है, बहुत ज्यादा चंगी दोस्ती है। वह मैनू कहिंदा राजा जी वह किसी ना उलझदा नहीं, तुहानू पुछ लो ना भी तेनू एस पी जानदा मिलिया एक बार हुंदा, ते मेरे अगे कहिंदा यार एस पी तो अपना भरा है। ਇਹ ਨਹੀਂ ਆਪਾਂ ਆਪਣੀ ਆਦਤ ਹੁੰਦੀ ਹੈ ਖਾਸ ਕਰਕੇ ਪੋਲੀਟੀਸ਼ੀਅਨ ਦੀ, ਹੁਣ ਇਹ ਕਹਿੰਦੇ ਮੈਂ ਭਾਵੇਂ ਪੁੱਛਦਾ ਨਾ ਉਹਦਾ ਇਹ ਖਾਸ ਯਾਰ ਨਹੀਂ ਹੋਊਗਾ ਐਸ ਪੀ ਰੋਜ਼ ਰੋਟੀ ਖਾਂਦੇ ਹੋਣਗੇ, ਨਹੀਂ ਬਾਈ ਯਾਰ ਖਾ ਉਹ ਕੰਮ ਮੁਕੀ ਉਹਦੀ ਇਹੋ ਜਿਹੀ ਨੇਚਰ। ਉਹ ਇੱਕ ਦਿਨ ਬਠਿੰਡੇ ਗਿਆ ਐਸ ਐਸ ਪੀ ਨੂੰ ਮਿਲ ਕੇ ਤੇ ਥੱਲੇ ਆਇਆ ਉਹਦਾ ਲਿਆਜੀ ਸੀ ਤੇ ਗਾਂ ਦੋ ਕਾਂਸਟੇਬਲ ਉਹਦੀ ਕਾਰ ਦੇ ਅੱਗੇ ਕਾਰ ਲਈ ਖੜੇ ਸੀ, ਉਹਨੇ ਇੱਕ ਵਾਰੀ ਹੌਰਨ ਮਾਰਿਆ ਜਾਨਸ, ਉਹਨੇ ਕਿਹਾ ਯਾਰ ਉਹ ਕਹਿੰਦਾ ਮੈਂ ਦੁਬਾਰੇ ਹੌਰਨ ਨਹੀਂ ਮਾਰਿਆ, ਮੈਂ 15 ਮਿੰਟ ਗੱਡੀ ਚ ਬੈਠਾ ਰਿਹਾ। 45 ਸਾਲ ਉਮਰ ਹੋਣੀ ਵਾਲੀ, ਮੈਂ ਕਿਹਾ ਤੂੰ ਗੱਡੀ ਚ ਕਿਉਂ ਬੈਠਾ ਰਿਹਾ? ਤੁਹਾਨੂੰ ਕਹਿੰਦਾ ਯਾਰ ਮੈਂ ਇਹਨੂੰ ਹੌਰਨ ਮਾਰੂੰਗਾ ਦੁਬਾਰੇ। ਇਹ ਕਹਿਣਗੇ ਓਏ ਕੀ ਗੱਲ ਹੈ, ਮੈਂ ਆਖੂੰਗਾ ਮੈਂ ਐਸ ਪੀ ਨੂੰ ਮਿਲ ਕੇ ਆਇਆ, ਤੂੰ ਕੌਣ ਹੈ? ਕਹਿੰਦਾ ਉਸ ਤੋਂ ਬਾਅਦ ਅਗਲੇ 3-5 ਮਿੰਟ ਮੈਂ ਉਹਨੂੰ ਦੱਸਣਾ ਪਊਗਾ, ਫਿਰ ਮੈਨੂੰ ਐਸ ਪੀ ਨੂੰ ਫੋਨ ਕਰਨਾ ਪਊਗਾ, ਐਸ ਐਸ ਪੀ ਨੂੰ ਵੀ ਜਨਾਬ ਇਹਨਾਂ ਨੂੰ ਸਸਪੈਂਡ ਕਰ, ਫਿਰ ਮੈਂ ਉਹਨੂੰ ਸਸਪੈਂਡ ਕਰਾਉਣ ਚ ਲੱਗਿਆ ਰਹੂੰਗਾ। ਮੇਰਾ ਤਾਂ ਖਾਮ ਖਾਈ 4-5 ਦਿਨ ਖਰਾਬ ਹੋ ਜਾਣਗੇ, ਇਦੂ ਚੰਗਾ ਮੈਂ 15 ਮਿੰਟ ਖਰਾਬ ਕੀਤੇ ਉਹ ਆਪੇ ਗੱਡੀ ਲੈ ਕੇ ਚਲੇ ਗਏ। ਸੋ ਦੈਟਸ ਉਹ ਪੋਜ਼ਿਟਿਵ ਗੱਲ ਹੈ। ਅਗਲਾ ਕਹਿੰਦਾ ਯਾਰ ਕੋਈ ਗੱਲ ਆਪਾਂ ਆਰਾਮ ਨਾਲ 15 ਮਿੰਟ, ਕੋਈ ਗੱਲ। ਪੋਜ਼ਿਟਿਵ ਕੰਮ ਚ ਸੁੱਖ ਜ਼ਿਆਦੇ ਹੈ, ਨੈਗੇਟਿਵ ਕੰਮ ਚ ਤੁਹਾਡਾ ਦਿਮਾਗ ਦੂਜੇ ਪਾਸੇ ਜ਼ਿਆਦਾ ਲੱਗਿਆ ਰਹਿੰਦਾ, ਕਿਸੇ ਨੂੰ ਰੋਕਣ ਚ, ਕਿਸੇ ਨੂੰ ਠੋਕਣ ਚ, ਕਿਸੇ ਦੀ ਬਾਰੇ ਚੁਗਲੀ ਕਰਨ ਚ। ਤੁਸੀਂ ਮਸਤ ਰਹੋ, ਤੁਸੀਂ ਆਪਦੀ ਗੱਲ ਕਰੋ, ਆਪਾਂ ਆਪਦੀ ਸੋਚਾਂਗੇ। ਨਾਲੇ ਕਿਸੇ ਦੇ ਮਾਰਨ ਨਾਲ ਕੋਈ ਮਰਦਾ ਹੋਵੇ ਤਾਂ ਫਿਰ ਰਾਜਾ ਬਣੀ ਕਦੇ ਪ੍ਰਧਾਨ ਨਹੀਂ ਬਣਦਾ ਸੀ।